ਉਹ ਲਈ ਆ ਤੇ ਇੱਕ ਮਸ਼ੀਨ ਤੇਰੀ ਮਾਡਾ ਲਈ ਸੀ ਪਿਛਲੇ ਸੀਜ਼ਨ ਗੁਰੂ ਨਾਨਕ ਗਰਨੂਨਕ ਹੋਰ ਵੀ ਕਮੈਨਾ ਆਪਾਂ ਚਲਾ ਕੇ ਵੇਖੀਆਂ ਵੀ ਚੱਲਦੀਆਂ ਬਹੁਤ ਸੁੱਧ ਆ ਆਪਾਂ ਕਰਦੇ ਆ ਪੰਜ ਗੇਰੀ ਬਾਰੇ ਗੱਲ ਆ ਵੀ ਕਈ ਬਈਆਂ ਦੇ ਆਉਂਦੇ ਆ ਕਿ ਪੰਜ ਗੇਰੀ ਖੋਲੀ ਜਾਂਦੀ ਆ ਜਾਂ ਕਿ ਹਾਂਜੀ ਤੇ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਸਵਾਗਤ ਕਰਦੇ ਆ ਤੁਹਾਡਾ ਆਪਣਾ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਆਪਣੇ ਭਰਾ ਕੋਲੇ ਪਹੁੰਚੇ ਆ ਬੱਬੂ ਭੁੱਲਰ ਕੋਲੇ ਤੇ ਬਾਈ ਕਰਦਾ ਪਿਆ ਕਮੈਨਾ ਕਮੁਨਾ ਰਿਪੇਅਰ ਤੇ ਬਾਈ ਨਾਲ ਮਿਲੋ ਤੇ ਕਰੋ ਗੱਲਬਾਤ ਹੋਰ ਬਾਈ ਜੀ ਕੀ ਹਾਲ ਨੇ ਤੇ ਬਾਕੀ ਬਾਈ ਕਰਦਾ ਪਿਆ ਕਮੈਨਾ ਰਿਪੇਅਰ ਤੇ ਬਾਈ ਨੇ ਜਾਣਾ ਮੂੰਗੀ ਤੇ ਕਮੈਨ ਲੈ ਕੇ ਇੱਧਰ ਮਗਰ ਵੀ ਖੜੀਆਂ ਰਾਣੀਆਂ 19 ਮਾਡਲ ਖੜੀ ਤੇ ਆ 23 ਮਾਡਲ ਤੇ ਇੱਕ ਕਮੈਨ ਧੁੱਪਦੀ ਪਈ ਆ ਤੇ ਤੁਹਾਡੇ ਨਾਲ ਕਰਦੇ ਹਾਂ ਆਪਾਂ ਗੱਲਬਾਤ ਤੇ ਬਾਕੀ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤੇ ਸਕਿੱਪ ਨਾ ਕਰਿਓ ਤੇ ਗੱਲਾਂ ਬਾਤਾਂ ਕਰਾਂਗੇ ਬਾਈ ਕਿੱਥੇ ਕਿੱਥੇ ਕਮੈਨਾ ਚਲਾਉਂਦਾ ਤੇ ਅੱਜ ਵੈਸੇ ਆਪਣਾ ਵੀਡੀਓ ਬਣਾਉਂਦਾ ਸਵਾਬ ਮਿਲ ਬਣਿਆ ਮਿਲਦੇ ਤਾਂ ਆਪਾਂ ਰਹੀਦਾ ਅੱਗੇ ਵੀ ਕਿਉਂਕਿ ਆਪਣੇ ਲਾਗੇ ਪਿੰਡ ਆ ਬਾਈ ਦਾ ਤੇ ਤੁਹਾਨੂੰ ਦਿਖਾਉਣੇ ਆ ਕਮੈਨਾ ਦਾ ਵੀ ਰਿਵਿਊ ਕਰਾਉਣੇ ਆ ਤੇ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਬਾਈ ਕਿਹੜੇ ਕਿਹੜੇ ਏਰੀਏ 'ਚ ਚੱਲਦਾ ਅਤੇ ਵਿਸ਼ਾਲ 435 ਬਾਈ ਨੇ ਕਿਹੜੇ ਸੀਜ਼ਨ ਲਈ ਸੀ ਅਤੇ ਪਹਿਲਾਂ ਬਾਈ ਕਿਹੜੀਆਂ ਕਮੈਨਾਂ ਚਲਾਉਂਦਾ ਰਿਹਾ ਅਤੇ ਸਾਰੀ ਆਪਾਂ ਅੱਜ ਗੱਲਬਾਤ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਚੱਲਦੀ ਚੱਲਦੀ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਬਾਈ ਨਾਲ ਆਪਾਂ ਕਰਦੇ ਹਾਂ ਜੀ ਗੱਲਬਾਤ ਵੀ ਆਹ ਬਾਈ ਨੇ ਹੁਣ ਨਵੀਂ ਮਸ਼ੀਨ ਲਿਆਂਦੀ ਆ ਕੋਈ 10 ਕੁ ਦਿਨ ਹੀ ਹੋਏ ਆ ਅਤੇ ਪੁੱਛਦੇ ਹਾਂ ਬਾਈ ਨੂੰ ਵੀ ਆਪਾਂ ਨੂੰ ਕਿੰਨੇ 'ਚ ਮਸ਼ੀਨ ਪਈ ਆ ਅਤੇ ਕੀ ਹਿਸਾਬ ਕਿਤਾਬ ਆ ਵਿਸ਼ਾਲ ਵਾਲਿਆਂ ਦਾ ਅਤੇ ਜੇ ਕਿਸੇ ਨੇ ਮਸ਼ੀਨ ਲੈਣੀ ਵੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਵੀ ਵਿਸ਼ਾਲ ਵਾਲਿਆਂ ਨਾਲ ਅਤੇ ਆਪਾਂ ਉਹਨਾਂ ਨੂੰ ਘੱਟ ਰੇਟ 'ਤੇ ਵੀ ਵੱਧ ਤੋਂ ਵੱਧ ਲੈਸ ਕਰਾ ਕੇ ਆਪਾਂ ਮਸ਼ੀਨ ਦਵਾਵਾਂਗੇ ਲਾਉਣ ਵੀ ਜੇ ਕਿਸੇ ਨੇ 90% ਵੀ ਕਰਾਉਣਾ ਤਾਂ ਆਪਾਂ ਉਹ ਵੀ ਕਰਾਵਾਂਗੇ ਅਤੇ ਬਾਕੀ ਬਾਈ ਤੋਂ ਪੁੱਛਦੇ ਹਾਂ ਆਪਾਂ ਵੀ ਕਿਵੇਂ ਤੁਹਾਨੂੰ ਵਿਸ਼ਾਲ ਕਮੈਨ ਨਾਲ ਜੁੜਿਆਂ ਨੂੰ ਕਿੰਨਾ ਟਾਈਮ ਹੋ ਗਿਆ ਇਹ ਵੀਰੇ ਆਪਾਂ 2019 ਤੋਂ ਜੁੜੇ ਹਾਂ ਠੀਕ ਆ ਵੀਰੇ ਠੀਕ ਆ ਕਿਹੜੀ ਕਮੈਨ ਲਈ ਸੀ ਆਪਾਂ 19 ਚ ਆਪਾਂ ਵੀਰੇ ਉਹ ਲਈ ਸੀ ਆਹ ਮਸ਼ੀਨ ਲਈ ਸੀ ਬਾਈ ਨੇ 19 'ਚ ਇਹ ਲੋਕਡਾਊਨ ਦੇ ਵਿੱਚ ਇਹ ਕਣਕ ਦੇ ਸੀਜ਼ਨ ਕਣਕ ਦੇ ਸੀਜ਼ਨ ਲਈ ਸੀ ਲੋਕਡਾਊਨ 20 'ਚ ਹੋਇਆ ਠੀਕ ਆ ਇਹ ਲੋਕਡਾਊਨ ਤੋਂ 1 ਸਾਲ ਪਹਿਲਾਂ ਲਈ ਆਪਾਂ ਠੀਕ ਆ ਲੋਕਡਾਊਨ ਤੋਂ 1 ਸਾਲ ਪਹਿਲਾਂ ਤੇ ਕਿੰਨਾ ਕੁ ਸਾਥ ਦਿੱਤਾ ਕੰਬਾਈਨ ਨੇ ਯਾਰ ਇਹਦਾ ਹੁਣ ਕੀ ਦੱਸਾਂ ਇਹਨੇ ਹੁੰਦੇ ਨਾ ਉਹ ਵੀਡੀਓ ਵੀ ਮੈਂ ਪਾਈ ਇੰਸਟਾ ਤੇ ਇਹਨੂੰ ਆਪਾਂ ਵੇਚ ਨਹੀਂ ਸਕਦੇ ਇਹ ਉਹ ਚੀਜ਼ ਆ ਠੀਕ ਆ ਵੀ ਮਤਲਬ ਆਹ ਇਹਦੀ ਦੇਣ ਆ ਸਾਰੀ ਬਸ ਇਹਨੇ ਹੀ ਸਾਰਾ ਕੁਝ ਘਰ ਭਰਿਆ ਠੀਕ ਆ ਬਾਈ ਨੇ ਇੱਕ 15 ਮਾਡਲ ਵੀ ਹੈਗੀ ਆ ਵਿਸ਼ਾਲ ਉਹ ਵੀ ਲਈ ਹੋਈ ਆ ਮਸ਼ੀਨ ਉਹ ਘਰੇ ਥੋੜਾ ਜਿਹਾ ਬਸ ਆਪਾਂ ਥੋੜੇ ਦਿਨਾਂ ਤੱਕ ਲੈ ਕੇ ਆਉਣੀ ਆ ਉਹ ਵੀ ਲੈ ਕੇ ਆਉਣੀ ਆ ਤੇ 8-10 ਤਰੀਕ ਨੂੰ ਲੈ ਕੇ ਆਵਾਂਗੇ ਆਪਾਂ ਕਰੀ 4 ਕਮੈਨਾਂ ਨੇ ਤੇ ਹੈਗੀਆਂ ਵਿਸ਼ਾਲ ਹੀ ਨੇ ਸਾਰੀਆਂ ਕਰਤਾਰ ਵੀ ਲਈ ਸੀ ਮਸ਼ੀਨ ਪਰ ਕਰਤਾਰ ਨੇ ਉਹਨਾਂ ਸਵਾਦ ਨਹੀਂ ਦਿੱਤਾ ਗਾ ਜਿੰਨਾ ਵਿਸ਼ਾਲ ਨੇ ਕੰਮ ਕੀਤਾ ਉਹਨਾਂ ਕਰਤਾਰ ਨੇ ਕੰਮ ਨਹੀਂ ਗਾ ਕੀਤਾ ਤੇ ਕਰਤਾਰ ਵੀ ਬਹੁਤ ਵਧੀਆ ਮਸ਼ੀਨ ਆ ਵੀ ਆਪਾਂ ਮਾੜਾ ਨਹੀਂ ਕਹਿੰਦੇ ਪਰ ਜਿਹਨੂੰ ਵਿਸ਼ਾਲ ਦਾ ਚਸਕਾ ਪੈ ਗਿਆ ਉਹ ਕਰਤਾਰ ਨਹੀਂ ਚਲਾ ਸਕਦਾ ਮਸ਼ੀਨ ਚੱਲਣ 'ਚ ਨਹੀਂ ਮਾੜੀ ਬਸ ਆਪਾਂ ਨੂੰ ਸੈੱਟ ਨਹੀਂ ਬੈਠੀ ਇਹਨਾਂ ਦੀ ਤੇ ਬਾਕੀ ਸਾਰੀਆਂ ਕੰਪਨੀਆਂ ਬਈ ਆਪਣੀ ਜਗ੍ਹਾ ਤੇ ਸਾਰੀਆਂ ਵਧੀਆ ਨੇ ਪਹਿਲਾਂ ਆਪਾਂ ਕਿਹੜੀ ਕਿਹੜੀ ਮਸ਼ੀਨ ਚਲਾਉਂਦੇ ਆ ਪਹਿਲਾਂ ਵੀਰੇ ਆਪਾਂ ਘੱਟੋ ਘੱਟ ਵੀ 16-17 ਸਾਲ ਆਪਾਂ ਮਠਾੜੂ ਚਲਾਈ ਆ ਮਸ਼ੀਨ ਠੀਕ ਆ ਜੀ ਠੀਕ ਆ ਮਠਾੜੂ ਵੇਚ ਕੇ ਆਪਾਂ ਫਿਰ ਪਏ ਲਿਆਉਂਦੀ ਨਾਭਾ ਮਾਰਕਾ ਵੀ ਵੈਸੇ ਬਹੁਤ ਚਲਾਈਆਂ ਵਿੱਚ ਬਾਈ ਵਪਾਰ ਲੈਣ ਦਾ ਵੀ ਉਦੋਂ ਕੰਮ ਕਰਦਾ ਰਿਹਾ ਉਦੋਂ ਆਪਣੇ ਨਾਲ ਉਦੋਂ ਦਾ ਰਿਲੇਸ਼ਨ ਬਣਿਆ ਹੋਇਆ ਵੀ ਮਸ਼ੀਨਾਂ ਲੈਂਦੇ ਲੈਂਦੇ ਸੀ ਇਕੱਠੀਆਂ ਵੀ ਜਿਵੇਂ ਵੀ ਜਾਣਾ ਵੇਖਣ ਤੇ ਉਦੋਂ ਦਾ ਆਪਣੇ ਨਾਲ ਜੁੜਿਆ ਹੋਇਆ ਬਾਈ ਤੇ ਫਿਰ 19 ਮਾਡਾ ਜਿਹੜਾ ਵਿਸ਼ਾਲ ਲਈ ਉਦੋਂ ਆਪਣਾ ਵੀ ਜ਼ਿਆਦਾ ਹੀ ਰਿਲੇਸ਼ਨ ਬਣ ਗਿਆ ਬਾਈ ਨਾਲ ਤੇ ਫਿਰ ਉਸ ਤੋਂ ਬਾਅਦ ਲਈ ਆ ਉਹ 21 ਮਾਡਲ ਦੀ ਮਸ਼ੀਨ ਉਹ ਜਿਹੜੀ ਵਾਸ਼ ਹੁੰਦੀ ਪਈ ਆ ਉਹ ਲਈ ਆ ਤੇ ਇੱਕ ਮਸ਼ੀਨ 23 ਮਾਡਲ ਲਈ ਸੀ ਪਿਛਲੇ ਸੀਜ਼ਨ ਕਣਕ ਦੇ ਉਹ ਵੀ ਤੁਸੀਂ ਵੇਖੀ ਹੋਊਗੀ ਉਹ ਮਸ਼ੀਨ ਯਾਰ ਦੋਸਤ ਨੇ ਹੀ ਬਾਈ ਦੇ ਨੇ ਰੱਖ ਲਈ ਸੀ ਇਹ ਬਾਹਰ ਲੈ ਗਿਆ ਉਹ ਗੰਗਾਨਗਰ ਦੇ ਸੀ ਅਤੇ ਉਹਨਾਂ ਨੂੰ ਕਮੈਨ ਮਿਲਦੀ ਨਹੀਂ ਸੀ ਅਤੇ ਤਾਂ ਕਰਕੇ ਫਿਰ ਉਹ ਇਹਨੇ ਉਹਨਾਂ ਨੂੰ ਦੇ ਦਿੱਤੀ ਮਸ਼ੀਨ ਫਿਰ ਤਾਂ ਕਰਕੇ ਆਹ 23 ਮਾਡਲ ਇਹਨੇ ਹੁਣ ਨਵੀਂ ਲਈ ਆ ਅਤੇ ਇਹਨਾਂ ਦੀ ਖਾਸੀਅਤ ਕੀ ਆ ਵਿਸ਼ਾਲ 'ਚ ਖਾਸੀਅਤ ਵੀਰੇ ਹੁਣ ਖਾਸੀਅਤ ਆਪਾਂ ਕੀ ਦੱਸ ਸਕਦੇ ਹਾਂ ਕੰਮ ਵਧੀਆ ਬਈ ਬ੍ਰੇਕ ਡਾਊਨ ਨਹੀਂ ਹੈਗੀ ਜਮਾਂ ਠੀਕ ਆ ਵੀ ਤੋਰਾ ਤਾਰਾ ਮਸ਼ੀਨ ਦਾ ਫੁੱਲ ਆ ਫੁੱਲ ਖਰੇ ਦੀ ਤੇ ਮਤਲਬ ਕੰਪਨੀ ਵਾਲੇ ਮਗਰ ਆਉਂਦੇ ਰਹੇ ਅੱਜ ਦਾ ਇਹ ਪੂਰਾ ਆਪਣਾ ਪੂਰਾ ਸਹਿਯੋਗ ਦਿੱਤਾ ਕੰਪਨੀ ਵਾਲਿਆਂ ਨੇ ਆਪਾਂ ਇਹ ਨਹੀਂ ਆਉਂਦੇ ਕਿ ਕੰਪਨੀ ਵਾਲਿਆਂ ਨੇ ਮਸ਼ੀਨਾਂ ਵੀ ਆਪਾਂ ਬਹੁਤ ਦਵਾਈਆਂ ਨੇ ਯਾਰਾਂ ਮਿੱਤਰਾਂ ਨੂੰ ਸਾਰਿਆਂ ਨੂੰ ਵੇ ਵੇਖੀਏ ਤਕਰੀਬਨ ਆਪਣੇ ਏਰੀਏ ਫਿਰੋਜ਼ਪੁਰ 'ਚ ਵਿਸ਼ਾਲਾਂ ਹੀ ਨੇ ਜਾ ਰਹੀਆਂ ਹੁਣ ਇੱਥੇ ਲਾਗੇ ਲਾਗੇ ਆਪਾਂ ਜਿੰਨਾ ਵੀ ਆਪਾਂ ਹੀ ਉਦੋਂ ਵੀ ਜਦੋਂ 23 ਮਾਡਲ ਲੈ ਗਿਆ ਇਹ ਉਦਣ 3 ਮਸ਼ੀਨਾਂ ਆਈਆਂ ਸੀ ਆਪਣੇ ਆਪਣੇ ਫਿਰੋਜ਼ਪੁਰ 'ਚ ਹਨਾ ਤੇ ਬਾਕੀ
ਬਹੁਤ ਵਧੀਆ ਕਮੈਨ ਚੱਲਦੀ ਆ ਇਹ ਪੰਜ ਗੇਰੀ ਲਈਆਂ ਸੀ ਫਿਰ ਤੁਸੀਂ ਪੰਜ ਹਾਂ ਆਉਂਦੀ ਪੰਜ ਗੇਰੀ ਅੱਠ ਤੇਰਾਂ ਹਾਂ 13 ਤੋਂ ਬਾਅਦ ਤਾਂ ਤਕਰੀਬਨ ਹੋ ਗਿਆ ਪਹਿਲਾਂ ਜੇ ਆਪਦੀ ਚੋਇਸ ਹੁੰਦੀ ਕਿਸੇ ਦੀ ਪੰਜ ਲੈਣੀ ਕੇ ਚਾਰ ਲੈਣੀ ਟਾਇਰ ਟੂਰੇ ਕਿਹੜੇ ਪਾ ਕੇ ਦਿੰਦਾ ਐਮਆਰਐਫ ਜੋ ਤੁਹਾਡਾ ਵੀਰੇ ਦਿਲ ਕਰਦਾ ਉਹੀ ਪਵਾ ਲਓ ਟਾਇਰ ਹੁਣ ਇਹ ਕਮੈਨ ਕਿੰਨੇ ਦੀ ਨਵੀਂ ਹੁਣ ਤਾਂ ਆਪਣੇ ਹੁਣ BS4 ਆ ਗਿਆ ਇੰਜਣ ਫ੍ਰੀ ਉਦੋਂ ਇਹ BS3 ਨਾਲ ਲਈ ਆ ਕਮੈਨ ਆਪਣੀ ਫ੍ਰੀ ਇਹ ਪਹਿਲਾਂ ਬਿੱਲ ਕਟੀਚੇ ਹੋਏ ਸੀ ਕਮੈਨ ਦੇ BS3 ਨਾਲ ਲਈ ਆ ਫਿਰ ਕਮੈਨ ਤੇ ਹੁਣ BS4 ਨਾਲ ਦੇਣ ਲੱਗ ਪਏ ਉਹ 27 ਕੁਛ ਦੀ ਪੈਂਦੀ ਆ ਨਹੀਂ 28 ਲੱਖ 65 ਹਜ਼ਾਰ ਰੁਪਇਆ ਮੰਗਦੇ ਬਾਕੀ ਕਰ ਲੈਂਦੇ ਆ ਵਾਧਾ ਘਾਟਾ ਇਹ ਆਪਾਂ ਨੂੰ ਕਮੈਨ ਕਿੰਨੇ ਦੀ ਪਈ ਆ ਸਹੀ ਇਹ ਆਪਾਂ ਨੂੰ ਤਾਂ 24 ਲੱਖ ਦੀ ਪਈ 24 ਲੱਖ ਦੀ ਹਾਂਜੀ ਤੇ ਉਦੋਂ ਆਪਾਂ 19 ਮਾਡਲ ਕਮੈਨ ਜਿਹੜੀ ਲਈ 19 ਮਾਡਲ ਆਪਾਂ ਵੀ ਲੈਂਦੀ 18 ਲੱਖ 35 ਹਜ਼ਾਰ ਤੇ ਫਿਰ 21 ਮਾਡਲ ਗਏ 24 ਦੀ ਹੋ ਗਈ 21 ਮਾਡਲ 24 ਦੀ ਲਈ ਤੁਹਾਨੂੰ ਸਾਲ ਦੇ ਵਿੱਚ 6 ਲੱਖ ਰੁਪਇਆ ਰੇਟ ਚੱਕਤਾ ਹਾਂਜੀ ਇੰਨਾ ਫਰਕ ਪੈ ਗਿਆ ਤੇ ਮਾਰਕੀਟ ਇੰਨੀ ਕੁ ਜ਼ਿਆਦਾ ਹੈ ਨਾ ਵੀ ਜੰਤੀ ਜਾਂਦੇ 15-15 ਰੋਜ਼ ਪੀਸ ਨਿਕਲਦੇ ਆ ਕਮੈਨ ਰੋਜ਼ ਦੇ 15 ਪੀਸ ਨਿਕਲਨੇ ਆ ਵਿਸ਼ਾਲ ਦੇ ਤੇ ਇਹਦੀ 600 ਦੀ ਕੁਛ ਟਾਰਗੇਟ ਹੁੰਦਾ ਏ ਤੇ ਹਿਸਾਬ ਲਾ ਲਓ ਦੂਜੀਆਂ ਕੰਪਨੀਆਂ ਨਾਲੋਂ 3-3 ਮਹੀਨੇ ਪਹਿਲਾਂ ਬੁਕਿੰਗ ਬੰਦ ਹੋ ਜਾਂਦੀਆਂ ਇਹਦੀ ਸੀਜ਼ਨ ਨਾਲੋਂ ਤੇ ਫਿਰ ਵੀ ਬਲੈਕ 'ਚ ਜਿਵੇਂ ਕਹਿ ਦਿੰਦੇ ਡੀਲਰ ਚੱਕ ਲੈਂਦੇ ਇਹ ਬਲੈਕ 'ਚ ਵੀ ਮਸ਼ੀਨ ਬਹੁਤ ਵਿਕਦੀ ਆ ਆਪਣੀ ਹੁਣ ਇਸ ਟਾਈਮ ਖੜੀ ਘਰੇ ਲਿਆਂਦੀ ਤੇ 25 ਲੱਖ ਰੁਪਇਆ ਮਿਲਦਾ ਅਤੇ 1 ਲੱਖ ਰੁਪਇਆ ਵੀ ਮਿਲਦਾ ਪਿਆ ਬਾਅਦ ਇੰਨਾ ਪਾ ਕਿਉਂਕਿ ਉੱਥੇ ਬੁਕਿੰਗ ਬੰਦ ਹੋ ਜਾਂਦੀ ਜਿਹੜਾ ਵਿਸ਼ਾਲ ਦਾ ਸ਼ੌਕੀਨ ਆ ਉਹ ਵਿਸ਼ਾਲ ਹੀ ਲੈਂਦਾ ਇਹ ਨਹੀਂ ਗਾ ਵੀ ਨਾਭੇ ਚੱਲ ਜੂ ਜਾਂ ਹੋਰ ਕਿਸੇ ਕੰਪਨੀ ਦੀ ਚੱਲ ਜੂਗਾ ਜਿਹਨੂੰ ਤਾਂ ਪਤਾ ਵਿਸ਼ਾਲ ਦਾ ਉਹ ਵਿਸ਼ਾਲ ਹੀ ਲਊਗਾ ਭਾਵੇਂ 1-2 ਲੱਖ ਮਹਿੰਗੀ ਮਿਲੇ ਅਤੇ ਬਾਕੀ ਆ ਸਕੰਜਾ ਸਕੁੰਜਾ ਬਣਾਇਆ ਇਹ ਮਸ਼ੀਨ ਹੁਣ 2 ਮਸ਼ੀਨਾਂ 23 ਮਾਡਲ ਅਤੇ 21 ਮਾਡਲ ਇਹ ਜਾਣ ਲਈ ਤਿਆਰ ਆ ਇਹ ਜਾਣੀ ਆ ਕਿਸ਼ਨਗੜ੍ਹ ਇਹ 12 ਤਰੀਕ ਨੂੰ ਤੁਰਨਗੇ ਬਾਈ ਨੂੰ ਅਤੇ ਆਹ ਮਸ਼ੀਨ ਰਹੂਗੀ ਪਿੰਡ ਹੈ ਝੋਨੇ ਨੂੰ ਉਹ ਵੀ ਆ ਜਾਣਗੀਆਂ ਅਤੇ ਪਰ ਮੂੰਗੀ ਦਾ ਸੀਜ਼ਨ ਇਹ ਲਾਉਂਦੀ ਜਾਣਾ ਇਸ ਮਸ਼ੀਨ ਨੇ ਤੇ ਬਾਕੀ ਤੁਹਾਡੀ ਤਿਆਰੀ ਆ ਹੁਣ ਫਿਰ ਹਾਂ ਬਈ ਫੁੱਲ ਤਿਆਰੀ ਆ ਮਸ਼ੀਨ ਉਹ ਰੈਡੀ ਹੋ ਗਈ ਆ ਬਸ ਇਹਦੀ ਇਕੱਲੀ ਬਾਰ ਬਦਲਣੀ ਆ ਆਪਣੇ ਚੈਨਲ ਦਾ ਨਾਮ ਦੱਸ ਦਿੰਦਾ ਵੀ ਸਬਸਕ੍ਰਾਈਬਰ ਵੀ ਤੁਸੀਂ ਗੇਨ ਕਰਿਓ ਤੇ ਨਾਲੇ ਵੱਧ ਤੋਂ ਵੱਧ ਵੀਡੀਓ ਨੂੰ ਪਿਆਰ ਦਿਓ ਬਾਈ ਦੇ ਤੇ ਹੁਣ ਇਹ ਡੇਲੀ ਵਲੌਗ ਪਾਇਆ ਕਰੂਗਾ ਨਾਂ ਦੱਸ ਦਿਓ ਆਪਣੇ ਬਈ ਆਪਣੇ ਚੈਨਲ ਦਾ ਨਾਮ ਬੱਬੂ ਭੁੱਲਰ 435 ਤੇ ਮੇਰਾ ਵੀਰ ਵੀਡੀਓ ਜ਼ਰੂਰ ਦੇਖਿਆ ਕਰਿਓ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਫੋਟੋ ਕਿੰਨੀ ਲੱਗੀ ਆਪਦੀ ਫੋਟੋ ਵੀਰੇ ਮੇਰੀ ਆਪਦੀ ਲੱਗੀ ਤੇ ਬਸ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਕੰਮ ਵੀ ਆਪ ਹੀ ਕਰਦਾ ਇੱਕ ਬਾਈ ਦਾ ਬ੍ਰਦਰ ਆ ਅਤੇ ਇਹ ਦੋਨੋਂ ਜਾਣੇ ਵੀ ਫੋਰਮੈਨੀ ਦਾ ਕੰਮ ਆਪ ਹੀ ਕਰਦੇ ਆ ਵੀ ਡਰਾਈਵਰਾਂ ਨੂੰ ਸਿਰਫ ਇੰਨਾ ਚਾਬੀ ਫੜਾ ਦੇਣੀ ਉਹਨਾਂ ਮਸ਼ੀਨ ਲੈ ਜਾਣੀ ਆ ਕੰਮ ਇਹ ਆਪ ਕਰਦੇ ਜਿਵੇਂ ਕਿ ਆਪਾਂ ਤੁਸੀਂ ਦੇਖਿਆ ਵਲੌਗਾਂ 'ਚ ਵੀ ਆਪਾਂ ਵੀ ਆਪ ਕਰਦੇ ਉਸੇ ਤਰ੍ਹਾਂ ਸੇਮ ਇਹ ਆਪ ਕੰਮ ਕਰਦੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਮਸ਼ੀਨ ਦੀ ਇਹ ਤੁਹਾਨੂੰ ਦੇਣਗੇ ਅਤੇ ਬਾਕੀ ਤੁਸੀਂ ਵੀ ਆਪਦੇ ਸੁਝਾਅ ਦਿਓ ਕਮੈਂਟਾਂ 'ਚ ਕਿ ਇਸ ਮਸ਼ੀਨ ਬਾਰੇ ਅਤੇ ਦੱਸਿਆ ਜੇ ਵੀ ਕਿਵੇਂ ਆ ਜਿਹਨਾਂ ਕੋਲ ਵਿਸ਼ਾਲਾਂ ਆਈਆਂ ਵੀ ਕਿਵੇਂ ਚੱਲਦੀਆਂ ਕਿਵੇਂ ਨਹੀਂ ਚੱਲਦੀਆਂ ਅਤੇ ਬਾਕੀ ਆਪਾਂ ਹੋਰ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਮੈਂ ਦੱਸਦੇ ਹਾਂ ਅਤੇ ਇਹ ਟਿੱਪਣੀ ਨਾਲ ਦਿੰਦੇ ਆ ਜਾਂ ਨਹੀਂ ਵੀਰੇ ਟਿੱਪਣੀ ਟਿੱਪਣੀ ਅਲੱਗ ਤੋਂ ਟਿੱਪਣੀ ਨਾ ਹੀ ਇਹਨਾਂ ਅੰਦਰੋਂ ਲਾ ਕੇ ਦੇਣੀ ਆਪਾਂ ਨੂੰ ਠੀਕ ਆ ਠੀਕ ਆ ਇਹ ਆਪਾਂ ਬਾਹਰੋਂ ਹੀ ਲਵਾਉਣੀ ਹਾਂ ਬਾਹਰੋਂ ਲਵਾਉਣੀ ਫਿਰ ਉਹ ਛੇੜ ਪੈ ਜਾਂਦੀ ਆਉਂਦੇ ਅਸੀਂ ਨਾ ਦੇਈਏ ਤੇ ਨਾ ਲਾ ਕੇ ਦੇਈਏ ਤੁਸੀਂ ਬਾਹਰੋਂ ਟਾਇਰ ਲੈ ਲਓ ਠੀਕ ਆ ਬਾਹਰੋਂ ਲਾ ਲਓ ਚੱਕ ਠੀਕ ਆ ਆਹ 23 ਮਾਡਲ ਕਮੈਨ ਆ ਜੀ ਬਾਕੀ ਤੁਸੀਂ ਲੁੱਕ ਚੈੱਕ ਕਰ ਸਕਦੇ ਜੇ ਅਤੇ ਬਾਈਆਂ ਨੇ ਸ਼ਾਮ ਨੂੰ ਕੱਢਣੀਆਂ ਕਮੈਨ ਅਜੇ ਕਿ ਲਿਫਾਫੇ ਲਫੂਫੇ ਵੀ ਨਹੀਂ ਉਤਰੇ ਗਏ ਅਤੇ ਬਹੁਤ ਸ਼ਾਨਦਾਰ ਕਮੈਨ ਬਣੀ ਆ ਵੀ ਲੋਹਾ ਲਾਇਆ ਵੀ ਵਧੀਆ ਲਾਉਂਦੇ ਆ ਇਹ ਨਹੀਂ ਹੈਗਾ ਕਿ ਮਾੜੀ ਕੁਆਲਿਟੀ ਦਾ ਇਹ ਬਾਈਆਂ ਨੇ 19 ਮਾਡਲ ਲਈ ਸੀ ਸਾਰਿਆਂ ਨਾਲ ਪਹਿਲਾਂ ਆਹ ਕਮੈਨ 19 ਤੋਂ ਫਿਰ ਲਈ ਇਹਨਾਂ 21 ਫਿਰ ਲਈ 23 ਅਤੇ ਫਿਰ ਆਹ 23 ਲਈ ਆ 4 ਤੇ 5 ਕਮੈਨਾਂ ਇਹ ਹੁਣ ਤਾਈਂ ਵੀ ਵਿਸ਼ਾਲਾਂ ਚਲਾ ਚੁੱਕੇ ਆ ਅਤੇ 4 ਕਮੈਨਾਂ ਇਹਨਾਂ ਕੋਲ ਆਈਆਂ ਇੱਕ ਤੁਹਾਨੂੰ ਦੱਸਿਆ ਕਿ ਉਹ ਯਾਰ ਮਿੱਤਰ ਨੇ ਲੈ ਲਈ ਸੀ ਕਮੈਨ ਅਤੇ ਬਾਕੀ ਉਹ 21 ਮਾਡਲ ਆ ਉਹ ਰੈਡੀ ਹੋ ਚੁੱਕੀ ਆ ਜਾਣ ਲਈ ਉਹ ਤਾਂ ਧੋਂਦੇ ਪਏ ਕਮੈਨ ਬਸ ਫੀਡਰ ਲਾ ਕੇ ਅਤੇ 12 ਤਰੀਕ ਨੂੰ ਇਹਨਾਂ ਨੇ ਤੁਰਨਾ ਹੈ ਆਹ ਕਮੈਨ ਲੈ ਕੇ ਇਹਦੀ ਇਕੱਲੀ ਬਾਸ ਕੜੀ ਚੇਂਜ ਕਰਨੀ ਆ ਅਤੇ 12 ਨੂੰ ਇਹ ਜਾ ਰਹੀ ਆ ਕਿਸ਼ਨਗੜ੍ਹ ਅਤੇ ਬਾਈ ਆਪ ਹੀ ਚਲਾਉਂਦੇ ਕਮੈਨਾਂ ਜਿਵੇਂ ਤੁਹਾਨੂੰ ਦੱਸਿਆ ਅਤੇ ਬਾਕੀ ਆਪਾਂ ਹੋਰ ਗੱਲਬਾਤ ਕਰਦੇ ਹਾਂ ਵੀ
ਕੀ ਹਿਸਾਬ ਕਿਤਾਬ ਆ। ਪੰਜ ਗੇਰੀ ਵੀ ਕਈਆਂ ਦੇ ਖੁੱਲ੍ਹ ਜਾਂਦਾ ਅਤੇ ਪੰਜ ਗੇਰੀ ਬਾਰੇ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਕੀ ਵੇਖ ਸਕਦੇ ਮਸ਼ੀਨ ਵੇਖਣ ਨੂੰ ਹੀ ਬਹੁਤ ਸੋਹਣੀ ਲੱਗਦੀ ਆ ਵਿਸ਼ਾਲ। ਆਪਣੇ ਕੋਲ ਵੀ ਵਿਸ਼ਾਲ ਆ ਤਾਂ ਹੀ ਆ ਵੀ ਰੀਝ ਹੀ ਆਪਣੀ ਵਿਸ਼ਾਲ 'ਤੇ ਆ। ਸ਼ੁਰੂ ਤੋਂ ਆਪਾਂ ਹੋਰ ਵੀ ਕਮੈਨਾਂ ਬਹੁਤ ਚਲਾਈਆਂ ਪਰ ਨਹੀਂ ਵਿਸ਼ਾਲ ਦੀ ਰੀਸ ਨਹੀਂ ਕੋਈ ਵੀ ਕਰਦੀ ਗੀ। ਹੁਣ ਆਪਾਂ ਵੀ ਜੇ ਲਿਆਉਂਦੀ ਉੱਚਾ ਮਾਡਲ ਕੋਈ ਤਾਂ ਆਪਾਂ ਵੀ ਵਿਸ਼ਾਲ ਹੀ ਲਿਆਉਣੀ ਆ। ਦੂਜੀਆਂ ਵੀ ਤੁਸੀਂ ਵੇਖੀਆਂ ਗੁਰੂ ਨਾਨਕ ਗੁਰਨੂਨਕ ਹੋਰ ਵੀ ਕਮੈਨਾਂ ਆਪਾਂ ਚਲਾ ਕੇ ਵੇਖੀਆਂ ਵੀ ਚੱਲਦੀਆਂ ਬਹੁਤ ਸ਼ੁੱਧ ਆ, ਇੱਦਾਂ ਦਾ ਕੋਈ ਚੱਕਰ ਨਹੀਂ ਗਾ, ਪਰ ਬ੍ਰੇਕ ਡਾਊਨ ਬਹੁਤ ਘੱਟ ਆ ਇਹਦੀ ਵਿਸ਼ਾਲ ਦੀ। ਆਪਾਂ ਕਰਦੇ ਹਾਂ ਪੰਜ ਗੇਰੀ ਬਾਰੇ ਗੱਲ ਵੀ ਕਈ ਬਈਆਂ ਦੇ ਆਉਂਦੇ ਆ ਕਿ ਪੰਜ ਗੇਰੀ ਖੁੱਲ੍ਹ ਜਾਂਦੀ ਆ ਜਾਂ ਕਿਵੇਂ ਵੀ ਆ, ਪੰਜ ਗੇਰੀ ਵਾਲੀ ਮਸ਼ੀਨ ਵੀ ਗੇਅਰ ਜ਼ਿਆਦਾ ਖੋਲ੍ਹਦੀ ਆ ਅਤੇ ਇਹਨਾਂ ਨੂੰ ਪੁੱਛਦੇ ਸਾਰੀਆਂ ਪੰਜ ਗੇਰੀ ਆ ਤਕਰੀਬਨ, ਅਤੇ ਦੱਸੋ ਕਿ ਪੰਜ ਗੇਰੀ ਦਾ ਕਿੰਨਾ ਕੁ ਫਾਇਦਾ ਅਤੇ ਕਿੰਨੀ ਕੁ ਬ੍ਰੇਕ ਡਾਊਨ ਆ ਪੰਜ ਗੇਰੀ ਦਾ? ਜਿਹੜੀ ਬ੍ਰੇਕ ਡਾਊਨ ਆਪਦੇ ਹੱਥ ਬਸ ਆ ਸਾਰੀ, ਠੀਕ ਆ ਜੀ। ਹੁਣ ਆਪਣੇ ਡਰਾਈਵਰ ਉੱਤੇ ਧੱਕਾ ਹੀ ਕਰੀ ਜਾਣਗੇ, ਕੁੜੀਆਂ ਦਸ ਦੀਆਂ ਪਾ ਲੈਣਗੇ, ਫਿਰ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ, ਫਿਰ ਤਾਂ ਚੁੱਪ ਕਰਕੇ ਸਿੰਪਲ ਜੀਡੀਆਰ ਗੇਅਰ ਮਿਲੋ। ਅਤੇ ਜੇ ਆਪਾਂ ਚਲਾਉਣੀ ਆ ਆਰਾਮ ਨਾਲ ਅਤੇ ਇੱਕ ਤਾਰ ਚਲਾਉਣੀ ਆ, ਹੁਣ ਆਪਾਂ 12 ਦੀਆਂ ਕੁੜੀਆਂ ਪਾ ਕੇ ਜਾਂਦੇ 1500 ਚੱਕਰ ਬੰਨ ਕੇ, ਠੀਕ ਆ। ਭਾਵੇਂ ਇੱਕ ਦਿਨ ਲੇਟ ਵੱਜ ਪਹੁੰਚ ਜਾਓ, ਭਾਵੇਂ ਨਾਲੇ ਵੈ ਜੇ ਪੰਜ ਗੇਰੀ ਹੋ ਗਈ ਤਾਂ ਫਿਰ ਦਸ ਦੀ ਕੁਲੀ ਪਾਉਣ ਦਾ ਮਤਲਬ ਹੀ ਨਹੀਂ ਬਣਦਾ। ਲੋਕ ਜਿਵੇਂ ਹੁਣ ਪੰਜ ਗੇਰੀ ਲੈ ਕੇ ਮਸ਼ੀਨ ਦਸ ਦੀਆਂ ਪੁਲੀਆਂ ਪਾਈਆਂ ਦੇ, 12 ਦੀ ਪੁਲੀ ਵੀ ਤਾਂ ਪਾਉਣ ਦਾ ਫਾਇਦਾ ਜੇ ਆਪਾਂ ਆਪ ਖੁਦ ਚਲਾਉਣੀ ਆ ਕਮੈਂ, ਅਤੇ 14 ਦੀ ਪੁਲੀ ਏਜੰਸੀ ਦਿੰਦੀ ਆ, 14 ਦੀ ਪੁਲੀ 'ਤੇ ਉਹ ਗਰੰਟੀ ਦਿੰਦੀ ਗੇਅਰ ਦੀ, ਅਤੇ ਜੇ ਆਪਾਂ ਉਹ 13 ਦੀ ਪੁਲੀ 'ਤੇ ਵੀ ਉਹ ਗਰੰਟੀ ਨਹੀਂ ਦਿੰਦੀ ਗੀ ਆਪਣੀ ਕੰਪਨੀ ਵਾਲੇ ਕੋਈ ਵੀ। ਅਤੇ ਜੇ ਆਪਾਂ ਹੁਣ ਪਾ ਲਈਏ ਵੀ 10 ਦੀ ਪੁਲੀ ਪਾ ਲਈਏ ਅਤੇ ਮਸ਼ੀਨ ਦਾ ਤੋਰਾ ਵੱਧ ਜਾਣਾ, ਫਿਰ ਰੇਸ ਘੱਟ 'ਤੇ ਕਈ ਵਾਰੀ ਕਟਾਈ ਨਹੀਂ ਕਰਦੀ ਮਸ਼ੀਨ ਵੀ, ਆਪਾਂ ਰੇਸ ਘੱਟ ਸੁੱਟ ਦਿੰਦੇ ਹਾਂ ਅਤੇ ਚੱਕਰ ਜ਼ਿਆਦਾ ਹੋ ਜਾਂਦੇ, ਮਸ਼ੀਨ ਜ਼ਿਆਦਾ ਤੁਰੀ ਜਾਂਦੀ ਆ, ਅਤੇ ਇਸ ਕਰਕੇ ਗੇਅਰ ਜ਼ਿਆਦਾ ਖੁੱਲ੍ਹਦੇ। ਇੱਕ ਜਦੋਂ ਆਪਾਂ ਪੁਲ ਪਲ ਚੜ੍ਹਾਉਂਦੇ ਹਾਂ ਵੀ ਰੇਸ ਨੱਪੀ ਆਉਣੀ ਆ ਮਸ਼ੀਨ ਦੀ, ਉਦੋਂ ਵੀ ਇਹ 10 ਦੀ ਕੁਲੀ 'ਤੇ ਤੰਗ ਕਰਦਾ, ਅਤੇ ਬਾਕੀ 12 ਦੀ ਕੁਲੀ 'ਤੇ ਸਹੀ ਆ ਜੇ 1500 ਚੱਕਰ 'ਤੇ ਆਪਾਂ ਚਲਾਉਣੀ। ਜੇ ਆਖੀਏ ਵੀ 12 ਦੀ ਕੁਲੀ 'ਤੇ ਆਪਾਂ 2200 ਚੱਕਰ ਕਰਤੀ ਮਸ਼ੀਨ ਧੜਕੀ ਜਾਣੀ ਆ, ਫਾੜ ਫਾੜ ਲੱਗੀ ਜਾਓ, ਅਤੇ ਉਹਨੇ ਕੋਈ ਨਾ ਕੋਈ ਨੁਕਸਾਨ ਕਰਨਾ ਹੀ ਆ। ਆਪਣੇ ਹੁਣ ਨਾਲ ਦੇ ਗੇਅਰ ਆ ਅੱਜ ਤੱਕ ਨਹੀਂ ਖੋਲ੍ਹੇ, 2 ਸੀਨਾਂ ਬਾਅਦ 3 ਜ਼ਰੂਰ ਆਪਾਂ ਬਦਲਦੇ ਹਾਂ, ਠੀਕ ਆ। ਉਹ ਗੇਅਰ ਨੇ ਆਪਾਂ ਨੂੰ ਅੱਜ ਤੱਕ ਪਾਉਂਦੇ ਨਹੀਂ ਕੀਤਾ, ਕੋਈ ਠੀਕ ਨਹੀਂ ਮਾੜਾ, ਠੀਕ ਆ, ਅਤੇ ਵਧੀਆ ਚੱਲਦੇ ਆ, ਕੋਈ ਮਾੜੀ ਗੱਲ ਨਹੀਂ ਹੈਗੀ। ਬਾਕੀ ਸੁੱਖ ਵੀ ਹੈਗਾ ਜੇ ਆਪਾਂ ਸਹੀ ਤਰੀਕੇ ਨਾਲ ਇਹਨੂੰ ਵਰਤੀਏ। ਹਾਂ ਵੀ ਕਜਾ ਪੁਲੀ 'ਤੇ ਅੱਧਾ ਘੰਟਾ ਘੰਟਾ ਹੀ ਲੱਗ ਜਾਂਦਾ ਯਾਰ ਆਰਾਮ ਨਾਲ, ਆਪਾਂ ਬਦਲਦੇ ਹਾਂ ਐਵੇਂ ਸਿੱਧਾ ਤੁਰੀ ਜਾਂਦੀ ਅਤੇ ਗੇਅਰ ਲਾਉਣਾ ਚੁੱਪ ਕਰਕੇ। ਕਣਕ 'ਚ ਆਪਾਂ 12 ਦੀਆਂ ਪੁਲੀਆਂ ਪਾ ਕੇ ਚਲਾਉਂਦੇ ਹਾਂ, ਝੋਨੇ 'ਚ ਆਪਾਂ 14 ਦੀਆਂ ਪਾ ਕੇ ਚਲਾਉਂਦੇ, ਕਣਕ 'ਚ ਆਪਾਂ ਵੀ 12 ਦੀ ਪੁਲੀ ਯੂਜ ਕਰਦੇ ਹਾਂ, ਤੁਹਾਨੂੰ ਪਤਾ ਹੀ ਆ ਵਿਸ਼ਾਲ 'ਤੇ 5 ਗੇਰੀ 'ਤੇ, ਅਤੇ ਝੋਨੇ 'ਤੇ ਆਪਾਂ ਵੀ 14 ਦੀ ਚਲਾਉਂਦੇ ਹਾਂ, ਅਤੇ ਬਾਕੀ ਬਹੁਤ ਵਧੀਆ ਆਪਾਂ ਵੀ ਚਲਾਈ ਆ, ਬਾਈ ਨੇ ਵੀ ਚਲਾਈ ਆ, ਬਹੁਤ ਵਧੀਆ ਰਿਜ਼ਲਟ ਆ, ਕਦੀ ਗੇਅਰ ਨਹੀਂ ਖੁੱਲ੍ਹਾ ਕੋਈ ਕੁਛ ਨਹੀਂ। ਜੇ ਆਪਾਂ ਸਹੀ ਤਰੀਕੇ ਨਾਲ ਜੇ ਚਲਾਵਾਂਗੇ ਤਾਂ ਕੋਈ ਚੀਜ਼ ਦੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਂਦੀ। ਜੇ ਡਰਾਈਵਰ ਹੀ ਮਾੜਾ ਮਿਲ ਗਿਆ ਤਾਂ ਉਹ ਤਾਂ ਨਵੀਂ ਏਜੰਸੀਆਂ ਨਿਕਲੀ ਮਸ਼ੀਨ ਦੀ ਵੀ ਕੰਮ ਕਰਦੇ ਆ, ਬਸ ਬਸ ਆਪਦੇ ਹੱਥ ਵਸ ਆ ਸਾਰਾ, ਜਿੰਨਾ ਮਰਜ਼ੀ ਕੰਮ ਮਿਲਦਾ ਤਰੀਕੇ ਨਾਲ ਸਭ ਕੁਝ ਹੋ ਜਾਂਦਾ। ਇਹ ਵੱਡੀਆਂ ਡੈਕਸ਼ਨਾਂ 'ਚ ਆਉਂਦੀ ਆ? ਹਾਂ ਇਹ ਡੈਕਸ਼ਨਾਂ ਬੜੇ ਵੱਡੀਆਂ ਹੁੰਦੀਆਂ ਹੁਣ ਨਵੀਂ, ਅਤੇ ਵੀ ਨਵੀਂ ਸੇਮ। ਬਾਕੀ ਇੱਕ ਖਾਸੀਅਤ ਇਹ ਆ ਵਿਸ਼ਾਲ ਦੀ ਵੀ ਜਿਹੜਾ ਇਹਦਾ 90 ਤੋਂ ਇਹਦੀ ਲਾਂਚਿੰਗ ਹੋਈ ਸੀ ਮਸ਼ੀਨ ਦੀ, ਅਤੇ ਪਾਸ ਇਹਨਾਂ ਦੀ 2000 'ਚ ਹੋਈ ਸੀ ਆਣ ਕੇ। ਇਹਨਾਂ ਦਾ ਜਿਹੜਾ ਫਰਮਾ ਵਿੱਚੋਂ ਆ ਥਰੈਸ਼ਰ ਦਾ ਅਸੈਂਬਲੀ ਦਾ, ਉਹ ਅੱਜ ਤੋਂ 23 ਮਾਡਲ ਤੱਕ ਸੇਮ ਆ, ਜਿਵੇਂ ਕਿ ਹੁਣ ਨਾਭਾ ਮਾਰਕਾ ਸਾਲ ਸਾਲ ਬਾਅਦ
कभी सीपा वधाती असैंबली वधाती वह चीज़ा चेंज कर देंगे। ये तुम पुरानी मशीन भी कोई नीवा मॉडल भी लभ जूगी ना उनका थ्रैशर तो कोई भी चीज़ उन्होंने पाओगे तेई मॉडल की वधिया पाऊगी। यह नहीं है ये सिर्फ मॉडिफिकेशन विशाल वाला करता शील्डा की पूछ की करती कैमन की करती छतरी की करती आ चीज़ा की मॉडिफिकेशन करता तो बाकी थ्रैशर तो लैके बैड तो लैके किसी तरह की कोई इन्ना छेड़छाड़ नहीं की सिर्फ एक हीटर इन्ना लंबा किया है जा सीपा लंबी हाँ बस एक आ रबड़ा हाई तक छुट्टियां ही देंगे पे हाँ। बाकी जिनी रबड़ छोटी चलती उन्नी वी उन्नी वी नहीं चलती ठीक है छोटी बदलनी नहीं पी मैं लगता इनकी अपनी उन्नी मॉडल मशीन आ कई रबड़ा इनके है जीडिया छोटिया ही ने जे चलाओगे कोई रबड़ नहीं खांदी गी मैं वेखिया भी यूट्यूब ते भी वीडियो पाउंदे आ भी विशाल रबड़ा खांदी आ जां किद्दां कोई रबड़ नहीं खाती जे 1500-1550 चक्कर से जो तुम चलाओगे जमा सही मशीन चलती है। तो यह असैम्बली के बैरिंग मैन 6 नंबर देंगे हाँ जी हूँ तक भी 6 ही आया 7 करते एक बन्ने 6 आते एक बन्ने उदो 5 आते तो हूँ 6 नंबर इन्हें करते दूजिया वाले 7 भी वो इन्ना की खर्चा वधी जाता भी कोई इन्ना खास नहीं फायदा है देखा जाए बस आए कह देंगे कि बैरिंग रखनी नहीं पैंदी उपर ठीक है हूँ कोई एक अद्धा तो रखना पैंदे या हूँ सारे तो उन्हें तकरीबन 7 नंबर होंगे ठीक है ना 8 भी बिच होंगे 9 भी होंगे भी इन्होंने जी सैंपली बैरिंग भी इन्हें जा 6 नंबर बैरिंग पाँदे सी जा 5 पाँदे सी भी यह नहीं है भी वक्ो वक् तरह के बैरिंग पाँदे एक पखे नूं भी इन्हें 6 ही आउंदा ते बाकियां दे भी मतलब कि 7 भी करी जांदे 8 भी करी जांदे आ ते उन्दा फायदा नहीं है कोई भी वह अपना खर्चा ही वाधा ऐड हों रिपेयर मौके पता लगता भी कि खर्चा आता आप कि रिपेयर से खर्चा आ जाता कमैन जो रिपेयर करते मेरे वो तो वो 20,000-22,000 रुपया जी दिखा जाए तो कोई ज़्यादा नहीं कोई खास वैसे नहीं तो आप जो हरेक ही मशीन बहर चल दी जो आप इतने ही देखिए आप आम एवें 50,000 रुपया बिल अपना बन जाता नहीं अपना नहीं 50,000 रुपया बनता जिगनू को तेन पता पता ठीक है पिछली बार ये गुजरात गई थी उपर भी समान सारा रख के गए हैं तो अपना मैं लगता 55,000 रुपया बनया जो मशीन का खर्चा बाकी कोई गल नहीं जे तुम आप पिछलिया भी डिस्क्रिप्शन अपना नंबर भी है जे किसी ने कंबाइन विशाल लैनी आ भी आप भी जे किसी की बुकिंग नहीं होंगी भाई लोन नहीं होंगे पाया तो अपने बैंक नाल भी लिंक है तो आप लोन भी करा के देंगे तो घट तो घट रेट से आप मशीन लैके देवे जे कोई वीर का भी कमीशन बई कमीशन कमूशन का कोई नहीं होंगे गा ना अगला कमीशन दिता ठीक है। तो बाकी तुम भी अपना प्रेम प्यार ही आ जो भी आ इंस्टा या यूट्यूब से इदा ही रल मिल के सब कुछ चलता तो बाकी तुम मिल सकते बाई नूं भी मिल सकते जदों मर्जी कमैन लैन वास्ते तो कंटैक्ट कर सकते बाकी बाई का चैनल जरूर सबसक्राइब करो बाकी तुहानूं सारी जानकारी मशीनां दी उहदे ते मिल जूगी बब्बू सुंदर 435 तो कवर फोटो लगी हुई है 2 विशालां दी रोड ते खड़ियां दी ते प्रोफाइल अपनी इहदी लगी हुई आ ते बाकी तुसीं दे सकदे हो कमैन धोंदे पए बाई भी कम लगा होया सीगा ते आपां लंघदे पए सी ते मिलते बाई नूं ते बाकी होर तुहानूं दिखा दिंदे आ ट्राली बाई ने हुण खरीदी आ ते इह किन्ने दी लई आ ट्राली वीरे 65,000 रुपये दी लई गई ए जिहड़े हीरा वाले बणाउंदे उहनां दी हीरा मशीन वाले ए बाहर दा गेड़ा ला ही आ नहीं हजे तां घरों नहीं बाहर कढ़ी हां ए इहदी लई गए आ मैं ए जाऊ हुण नाल ते ना हुण नाल जाऊ लाइटां लगाना भी पूरा दित्ता आ प्रबंध बहुत सोहनी ट्राली बनाई होती है गड्डी के पिछे भावें 100-110 से करते गड्डी ना गड्डी स्प्रिंग भी दिते स्प्रिंग भी दिते नहीं तो सीधा हिस्सा ला देंगे उनका कोई फायदा नहीं होंगे गा तो बनी भी है फुल है भी बनी हुई है कोई उदा की गल नहीं है चलाई भी हुई आपको पहला ट्रैक्टर लैके जाना बारा बूरा लगा बहुत औखा होंगे भी किराए से कोई चीज़ लियानी पैंती जा ट्रैक्टर लैके जाना है ना एक हिसाब का अपनी गड्डी मगर पा देने ट्रैक्टर कम दिखती है खेत रेह ले जा कुछ ले जा
ਸਾਰਾ ਕੰਮ ਕਰ ਤੇ ਕਟਰ ਤੇ ਫਿਰ ਤੂੰ ਮੋਟਰਾਂ ਹੀ ਲਈਆਂ ਸੀ ਸਾਰੀਆਂ ਨੂੰ ਕਟਰ ਤੇ ਮੋਟਰਾਂ ਲਈਆਂ ਆਪਾਂ ਸ਼ੁਰੂ ਤੇ ਠੀਕ ਆ ਤੋਂ ਵੀ ਹੁਣ ਤੱਕ ਮੋਟਰ ਹੀ ਆਈ ਮੋਟਰ ਕਾਮਯਾਬ ਬਹੁਤ ਸੋਹਣੀ ਚੱਲਦੀ ਹੈ ਵੀਰੇ ਕਈ ਕਹਿੰਦੇ ਆ ਵੀ ਟਾਈਮ ਗੱਡੀ ਸੈੱਟ ਆ ਨਹੀਂ ਨਹੀਂ ਇਦਾਂ ਦਾ ਕੁਛ ਨਹੀਂ ਇਹ ਸਾਲ ਦੀ ਚਲਾਈ ਵਾਲੀ ਮੋਟਰ ਸਾਰਾ ਕੁਛ ਵੀਰੇ ਇਹਨਾਂ ਦਾ ਹੁੰਦਾ ਹੀ ਆ ਮੋਟਰ ਸੌਦਾ ਫਰਮੇ ਇਹਨਾਂ ਦੇ ਸਾਰੇ ਵੀਰੇ ਤਿਆਰ ਤੇ ਬਾਈ ਨੇ ਸਪਿਨਰ ਵੀ ਉਦੋਂ ਤੁਹਾਨੂੰ ਵੇਖਿਆ ਵੀਡੀਓ 'ਚ ਸਪਿਨਰ ਵੀ ਲਾਏ ਸੀਗੇ ਕਿਲੋਮੀਟਰ ਉਦੋਂ ਲਾ ਦੀਏ ਵੀ ਉਦੋਂ ਵਾਸਤੇ ਆ ਤੇ ਉਵੇਂ ਨੇ ਤਾਂ ਪਲਾਸਟਿਕ ਦੇ ਵੇਟ ਪਾਏ ਹੋਏ ਸਭ ਨਾਲੋਂ ਪਹਿਲਾਂ ਆਪਾਂ ਹੀ ਵੇਟ ਵੀ ਮੈਂ ਹੀ ਪਾਏ ਸੀ ਹਾਂ ਉਦੋਂ ਟਿਕਟ ਵੀ ਚੱਲਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਸਪਿਨਰ ਆਪਾਂ ਬਣਾਏ ਉਹ ਵੀ ਆਪਾਂ ਹੀ ਪਾਏ ਆ ਤੇ 19 ਮਾਡਲ ਨੂੰ ਬਾਈ ਨੇ ਵੇਟ ਪਾਏ ਸੀਗੇ ਉਦੋਂ ਤੇ ਉਦੋਂ ਇਹਨਾਂ ਨਵੀਂ ਮਸ਼ੀਨ ਲਈ ਸੀ ਵੀ ਉਦੋਂ ਵੇਟ ਪਾਏ ਸੀ ਉਸ ਤੋਂ ਬਾਅਦ 21 ਮਾਡਲ ਨੂੰ ਵੇਟ ਪਾ ਦੇ ਤੇ ਫਿਰ ਸਪਿਨਰ ਤਾਂ ਸਿਆਲ ਜੇ ਤੇ ਜਦੋਂ ਮਸ਼ੀਨ 23 ਮਾਡਲ ਜਿਹੜੀ ਵੇਚਦੀ ਆ ਉਹਨੂੰ ਪਾਏ ਸੀਗੇ ਫਿਰ ਬਹੁਤ ਫੋਨ ਆਉਂਦੇ ਸੀ ਕਿ ਸਪਿਨਰ ਪਾਉਣੇ ਆ ਬਾਕੀ ਆਪਾਂ ਸਲਾਹ ਦਿੰਦੇ ਹਾਂ ਵੀ ਜੇ ਖਰਚਾ ਕਰਨਾ ਤਾਂ ਸਿਰਫ ਰੋਡ ਤੇ ਚੱਲਣ ਵਾਸਤੇ ਇਹ ਨਹੀਂ ਗੱਲ ਵੈਸੇ ਫਾਇਦਾ ਨਹੀਂ ਹੈਗਾ ਉਹਦਾ ਦੇਖਿਆ ਜਾਵੇ ਜੇ 15,000 ਰੁਪਏ ਲਾਉਣਾ ਨਾ ਛੋਟਾ ਟਾਇਰ ਆ ਜਾਂਦਾ ਇੱਕ ਠੀਕ ਹੈ ਨਾਲ ਟੰਗਿਆ ਜਾਂਦਾ ਮਸ਼ੀਨ ਦੇ ਬਸ ਉਹਦਾ ਸ਼ੌਂਕ ਸੀ ਪਰ ਉਹਨਾਂ ਦਾ ਫਾਇਦਾ ਕੋਈ ਨਹੀਂ ਹੈਗਾ ਕਿਉਂਕਿ ਜਦੋਂ ਵੱਟ ਵੁੱਟ ਨਾਲ ਟਾਇਰ ਲੱਗਦਾ ਨਾ ਵੀ ਆਪਾਂ ਜਿਵੇਂ ਘੇਰਾ ਲਾਉਣੇ ਆ ਵੀ ਉਹ ਝਾੜੀਆਂ ਆਉਂਦੀਆਂ ਪਰ ਉਹ ਟੁੱਟਣ ਵਾਲਾ ਕੰਮ ਇੱਕ ਜਦੋਂ ਆਪਣੇ ਝੋਨੇ ਤੇ ਮਸ਼ੀਨ ਚੱਲਦੀ ਜੇ ਮਸ਼ੀਨ ਖੁੱਭਦੀ ਆ ਉਹ ਹੁੰਦਾ ਨਾ ਸਪਿਨਰ ਖੁੱਲਣੇ ਆ ਬਾਅਦ ਚ ਟਾਇਰ ਦੇ ਥੱਲੇ ਗਿਆ ਚਲਾ ਉਹ ਰਿਮਾਂ ਦੇ ਵਿੱਚ ਹੀ ਕੱਸੇ ਜਾਂਦੇ ਵੱਡੇ ਸਪੱਟਾਂ 'ਚ ਹੀ ਕਸੀਂਦੇ ਆ ਹਾਂਜੀ ਅਤੇ ਪਰ ਫਿਰ ਉਹ ਇਕੱਲਾ ਰੋਡ 'ਤੇ ਚੱਲਣ ਵਾਸਤੇ ਆ ਜਿਵੇਂ ਆਪਾਂ ਦੂਰਦਾਰ ਲਿਆਉਣੀ ਮਸ਼ੀਨ ਖਪਾ ਵੀ ਬਹੁਤ ਕਰਨਾ ਪੈਂਦਾ ਸਾਰਾ ਟਾਇਰ ਖੁੱਲ੍ਹ ਕੇ ਫਿਰ ਕਸੀਂਦੇ ਆ ਅਤੇ ਆਹ ਜਿਹੜੇ ਵੇਟ ਆ ਇਹ ਸਿੰਪਲ ਕੱਸੇ ਜਾਂਦੇ ਉੱਤੇ ਅਤੇ ਇਹ ਵੀ ਚੀਜ਼ ਸੋਹਣੀ ਲੱਗਦੀ ਆ ਇਹੀ ਲਾਉਣ ਦਾ ਫਾਇਦਾ ਤਾਂ ਬਾਕੀ ਜੇ ਕਿਸੇ ਨੇ ਖਰਚਾ ਕਰਨਾ ਜੀ ਸਦਕੇ ਕਰੇ ਪਰ ਉਹਨਾਂ ਦਾ ਕੋਈ ਫਾਇਦਾ ਨਹੀਂ ਗਾ ਹੈਗਾ ਜਾਂ ਵੀ ਬਣਵਾਏ ਸੀ ਤਿੰਨਾਂ ਮਸ਼ੀਨਾਂ ਦੇ ਮੈਂ ਲੈ ਕੇ ਆਇਆ ਹਾਂ ਤਿੰਨਾਂ ਦੇ ਤਿਆਰ ਕਰਵਾਏ ਸੀ ਅਤੇ ਪਰ ਕੋਈ ਫਾਇਦਾ ਨਹੀਂ ਉਹਨਾਂ ਦਾ ਆਇਆ ਹੈਗਾ ਸਰਕਾਰ ਦੇ ਹਾਂਜੀ ਅਤੇ ਇੰਨੇ ਨਾਲ ਆਪਾਂ ਕਰਦੇ ਹਾਂ ਜੀ ਵੀਡੀਓ ਦਾ ਐਂਡ ਅਤੇ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਸ਼ੇਅਰ ਵੀ ਕਰਿਓ ਅਤੇ ਬਾਕੀ ਬਾਈ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇੱਕ ਵਾਰੀ ਫਿਰ ਰਿਪੀਟ ਕਰ ਦਿਓ ਚੈਨਲ ਦਾ ਨਾਮ ਬੱਬੂ ਭੁੱਲਰ 435 ਅਤੇ ਇੰਸਟਾ ਦਾ ਨਾਮ ਹੈ ਉਹੀ ਆਪਣਾ ਹਾਂ ਅਤੇ ਬਾਕੀ ਤੁਸੀਂ ਵੇਖਿਆ ਇੰਸਟਾ 'ਤੇ ਤਾਂ ਬਾਈ ਬਹੁਤ ਮਸ਼ਹੂਰ ਆ 40K ਤੋਂ ਪਲੱਸ ਫੋਲੋਵਰ ਹੈਗੇ ਆ 50 ਹੋਣ ਵਾਲੇ ਆ ਅਤੇ ਫੋਲੋਵਰ ਵੀ 50 ਕਰ ਦਿਓ ਇੰਸਟਾ 'ਤੇ ਜਲਦੀ ਤੋਂ ਜਲਦੀ ਅਤੇ ਬਾਕੀ ਆਪਾਂ ਫਿਰ ਮਿਲਿਆ ਕਿਤੇ ਅਤੇ ਆਪਾਂ ਫਿਰ ਵੀਡੀਓ ਬਣਾਵਾਂਗੇ ਅਤੇ ਤੁਹਾਡੇ ਨਾਲ ਫਿਰ ਗੱਲਾਂ ਬਾਤਾਂ ਕਰਾਂਗੇ ਅਤੇ ਬਾਕੀ ਬਾਈ ਦੇ ਚੈਨਲ 'ਤੇ ਵੀਡੀਓ ਜ਼ਰੂਰ ਦੇਖਿਓ ਵਲੋਗ ਪਾਉਂਦਾ ਬਾਈ ਅਤੇ ਹੁਣ ਇਹਨੇ ਚੱਲ ਜਾਣਾ ਮਸ਼ੀਨਾਂ ਲੈ ਕੇ ਬਾਹਰ ਕਿਸ਼ਨਗੜ੍ਹ ਜਾਣਾ ਮੁੰਗੀ ਅਤੇ ਬਾਕੀ ਮੁੰਗੀ 'ਤੇ ਚੱਲਦੀਆਂ ਤੁਹਾਨੂੰ ਮਸ਼ੀਨਾਂ ਮਿਲਣਗੀਆਂ ਅਤੇ ਬਾਕੀ ਬਹੁਤ ਰੌਣਕੀ ਸੁਭਾਅ ਦਾ ਰੌਣਕ ਵੀ ਪੂਰੀ ਲੱਗਿਆ ਕਰੂ ਡਰਾਈਵਰ ਵੀ ਸਾਰੇ ਰੌਣਕੀ ਸੁਭਾਅ ਦੇ ਹੀ ਨੇ ਅਤੇ ਵੀਡੀਓ 'ਚ ਤੁਸੀਂ ਜ਼ਰੂਰ ਵੇਖਿਓ ਅਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ।